ਬੀਤੇ ਦਿਨੀ ਇੱਕ ਸਤਿਕਾਰਯੋਗ ਸ਼ਖਸੀਅਤ ਸਰਦਾਰਨੀ ਬਸੰਤ ਕੌਰ ਕਲਸੀ ਜੀ, ਧਰਮ ਪਤਨੀ ਸਵਰਗੇ ਸਰਦਾਰ ਅਜਮੇਰ ਸਿੰਘ ਕਲਸੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਰੱਖੇ ਗਏ ਪਾਠ ਦੇ ਭੋਗ ਬਾਬਾ ਵਿਸ਼ਵਕਰਮਾ ਧਰਮਸ਼ਾਲਾ ਮੋਗਾ ਕੋਟਕਪੂਰਾ ਵਿਖੇ ਪਾਏ ਗਏ। ਸਰਦਾਰਨੀ ਮਾਤਾ ਬਸੰਤ ਕੌਰ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਪੁੱਤਰ ਬਲਵੰਤ ਸਿੰਘ ਕੈਨੇਡਾ, ਹਰਪਾਲ ਸਿੰਘ ਕਲਸੀ, ਜਗਦੇਵ ਸਿੰਘ, ਹਰਮਿੰਦਰ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਕੈਨੇਡਾ ਅਤੇ ਸਮੂਹ ਕਲਸੀ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਸਿਆਸੀ
ਸਿਆਸੀ ਗੈਰ ਸਿਆਸੀ ਨੇੜਲੇ ਪਿੰਡਾਂ ਦੇ ਪੰਚ ਸਰਪੰਚ ਜਾਂ ਸੰਸਥਾਵਾਂ ਜਥੇਬੰਦੀਆਂ ਨਾਲ ਜੁੜੀਆਂ ਹੋਈਆਂ ਉਹਦੀਆਂ ਸ਼ਖਸੀਅਤਾਂ ਇੱਕ ਇੱਕ ਦਾ ਨਾਮ ਲੈਣਾ ਬੜਾ ਮੁਸ਼ਕਲ ਜਾਪਦਾ ਹੈ। ਸੋ ਕਲਸੀ ਪਰਿਵਾਰ ਵੱਲੋਂ ਸਾਰੀਆਂ ਦੂਰੋਂ ਨੇੜੇ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਅਤੇ ਬੇਨਤੀ ਹੈ ਕਿ ਜਿੰਨਾ ਵੀਰਾਂ ਭੈਣਾਂ ਬੱਚੇ ਬਜ਼ੁਰਗਾਂ ਨੇ ਗੁਰੂ ਦਾ ਲੰਗਰ ਛਕਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਜਿੰਨਾ ਵੀਰਾਂ ਭੈਣਾਂ ਬੱਚੇ ਬਜ਼ੁਰਗਾਂ ਨੇ ਗੁਰੂ ਦਾ ਲੰਗਰ ਨਹੀਂ ਛਕਿਆ ਉਹ ਜ਼ਰੂਰ ਛਕ ਕੇ ਜਾਣ। ਸੇਵਾਦਾਰਾਂ ਨੂੰ ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣੀ ਆਰੰਭ ਕਰ। ਇੱਕ ਵਾਰੀ ਫਿਰ ਕਲਸੀ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਬੇਨਤੀ ਕਿ ਗੁਰੂ ਦਾ ਲੰਗਰ ਛਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਪ੍ਰਿਥਵੀ ਸਰਬੱਤ ਕਾਲਸਾ ਜੀ।
ਸੇਵਾ ਕਰਦਿਆਂ ਤੋਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ।
My
ਸਾਨੂੰ ਪਿਛਲੇ
ਛੇ ਦਿਨ ਸਦੀਵੀ ਵਿਛੋੜਾ ਦੇ ਗਏ। ਮਾਤਾ ਬਸੰਤ ਕੌਰ ਜੀ ਦੀ ਅੰਤਮ ਅਰਦਾਸ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੋਏ। ਮਾਤਾ ਜੀ ਆਪਣੀ ਉਮਰ ਦੇ 103 ਸਾਲ ਹੋ ਕੇ ਗਏ ਨੇ। ਮਾਤਾ ਬਸੰਤ ਕੌਰ ਪਤਨੀ ਸਵਰਗ ਵਾਸੀ ਸਰਦਾਰ ਅਜਮੇਰ ਸਿੰਘ ਕਲਸੀ ਜੀ, ਸਮੁੱਚੇ ਪਰਿਵਾਰ ਦੇ ਬੇਟੇ ਬੇਟੀਆਂ ਦੇ ਸਮੂਹ ਪਰਿਵਾਰ ਆਪੋ ਆਪਣੇ ਘਰਾਂ 'ਚ ਆਨੰਦਮਈ ਜੀਵਨ ਬਤੀਤ ਕਰ ਰਹੇ ਨੇ। ਪਰਿਵਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ, ਵਾਤਾਵਰਨ, ਧਾਰਮਿਕ ਜਾਂ ਰਾਜਨੀਤਿਕ ਖੇਤਰ ਜੋ ਯੋਗਦਾਨ ਪਾਇਆ ਗਿਆ ਜਾਂ ਪਾਇਆ ਜਾ ਰਿਹਾ ਹੈ, ਉਸ ਤੋਂ ਸਾਰੇ ਜਾਣੂ ਨੇ, ਦੁਹਰਾਉਣ ਦੀ ਲੋੜ ਨਹੀਂ। ਅੱਜ ਵਰਕਿੰਗ ਡੇ ਹੋਣ ਕਰਕੇ ਪਰਿਵਾਰ ਨੇ ਸ਼ਰਧਾਂਜਲੀ ਸਮਾਗਮ ਬੜਾ ਸੰਕੋਚਵਾਂ ਰੱਖਿਆ। ਮਾਤਾ ਜੀ ਦੇ ਦੋ ਬੇਟੇ ਕੈਨੇਡਾ ਵਿਖੇ ਆਪਣੇ ਸਮੁੱਚੇ ਪਰਿਵਾਰ ਸਮੇਤ ਆਨੰਦਮਈ ਜੀਵਨ ਬਤੀਤ ਕਰ ਰਹੇ ਨੇ। ਸਮੁੱਚੇ ਕਲਸੀ ਪਰਿਵਾਰ, ਖਾਸ ਕਰਕੇ ਪਿੰਟੂ ਕਲਸੀ ਦੇ ਪਿਤਾ ਸਵਰਗਵਾਸੀ ਸਰਦਾਰ ਹਰਪਾਲ ਸਿੰਘ ਜੀ, ਜਿਨ੍ਹਾਂ ਦਾ 5 ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ, ਉਹਨਾਂ ਦਾ ਇਸ ਸਥਾਨ ਦੇ ਵਿਸ਼ਵਕਰਮਾ ਧਰਮਸ਼ਾਲਾ ਗੁਰਦੁਆਰਾ ਸਾਹਿਬਾਨ ਦੇ ਵਿਕਾਸ ਬਹੁਤ ਵੱਡਾ ਯੋਗਦਾਨ ਹੈ। ਹਜ਼ੂਰੀ ਰਾਗੀ ਅਤੇ ਇਸ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਜੀ ਦੇ ਰਾਗੀ ਜਥੇ ਵੱਲੋਂ ਵਿਰਾਗਮਈ ਕੀਰਤਨ ਕੀਤਾ ਗਿਆ। ਅਰਦਾਸ ਬੇਨਤੀ ਤੋਂ ਬਾਅਦ ਪਵਿੱਤਰ ਹੁਕਮਨਾਮਾ ਲਿਆ ਗਿਆ। ਸੋ ਸਮੁੱਚੇ ਕਲਸੀ ਪਰਿਵਾਰ ਵੱਲੋਂ ਸਾਰੀਆਂ ਦੂਰੋਂ ਨੇੜਿਓਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ, ਜੋ ਕੋਟਕਪੂਰੇ ਸ਼ਹਿਰ ਦੇ ਨਾਮਵਰ ਹਸਤੀਆਂ, ਸਿਆਸੀ ਗੈਰ ਸਿਆਸੀ, ਨੇੜਲੇ ਪਿੰਡਾਂ ਦੇ ਪੰਚ ਸਰਪੰਚ ਜਾਂ ਸੰਸਥਾਵਾਂ ਜਥੇਬੰਦੀਆਂ ਨਾਲ ਜੁੜੀਆਂ ਹੋਈਆਂ ਉਹਦੀਆਂ ਸ਼ਖਸੀਅਤਾਂ, ਇੱਕ ਇੱਕ ਦਾ ਨਾਮ ਲੈਣਾ ਬੜਾ ਮੁਸ਼ਕਲ ਜਾਪਦਾ ਹੈ। ਸੋ ਕਲਸੀ ਪਰਿਵਾਰ ਵੱਲੋਂ ਸਾਰੀਆਂ ਦੂਰੋਂ ਨੇੜਿਓਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਅਤੇ ਬੇਨਤੀ ਹੈ ਕਿ ਜਿੰਨਾ ਵੀਰਾਂ, ਭੈਣਾਂ, ਬੱਚੇ, ਬਜ਼ੁਰਗਾਂ ਨੇ ਗੁਰੂ ਦਾ ਲੰਗਰ ਛਕ ਲਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਜਿੰਨਾ ਵੀਰਾਂ, ਭੈਣਾਂ, ਬੱਚੇ, ਬਜ਼ੁਰਗਾਂ ਨੇ ਗੁਰੂ ਦਾ ਲੰਗਰ ਨਹੀਂ ਛਕਿਆ ਉਹ ਜ਼ਰੂਰ ਛਕ ਕੇ ਜਾਣ। ਸੇਵਾਦਾਰਾਂ ਨੂੰ ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣੀ ਆਰੰਭ ਕਰ। ਇੱਕ ਵਾਰੀ ਫਿਰ ਕਲਸੀ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਬੇਨਤੀ ਕਿ ਗੁਰੂ ਦਾ ਲੰਗਰ ਛਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਫੋਟੋ ਵਾਈ ਚੱਲਦੀ ਹੈ ਕਨੇਡਾ ਜਾਣੀ ਹੈ।